ਇੱਕ ਵਾਰ ਇੱਕ ਜੰਗਲ ਦੇ ਵਿੱਚ ਇੱਕ ਸੰਤ ਜੀ ਤੇ ਉਹਨਾਂ ਦੀ ਘਰਵਾਲੀ ਰਹਾ ਕਰਦੀ। ਉਹਨਾਂ ਦੀ ਘਰਵਾਲੀ ਉਹਨਾਂ ਨੂੰ ਹਮੇਸ਼ਾ ਤਿੰਨ ਸਵਾਲ ਕਰਿਆ ਕਰਦੀ। ਪਹਿਲਾ ਮਨੁੱਖ ਸੁਖੀ ਤੇੰਤਨਾਂ ਕਿਵੇਂ ਹੋਏਗਾ? ਕਰਜ਼ ਸਿਰ ਚੜਿਆ ਹੋਵੇ ਤਾਂ ਕਰਜ਼ ਮੁਕਤ ਕਿਵੇਂ ਹੋਏਗਾ? ਤੀਜਾ ਕਰ ਮਾਇਆ ਦਾ ਵਾਸਾ ਕਿਵੇਂ ਹੋਏਗਾ? ਉਹ ਹਰ ਸਮੇਂ ਇਹੀ ਤਿੰਨ ਸਵਾਲ ਉਹਨਾਂ ਤੋਂ ਪੁੱਛਦੀ। ਸੰਤ ਜੀ ਵੀ ਅਗਵੇਂ ਆਖਦੇਂਦੇ, "ਵੀ ਸਮਾਂ ਆਉਂਤੇ ਤੇ ਤੇਰੇ ਸਾਰੇ ਸਵਾਲਾਂ ਦਾ ਤੈਨੂੰ ਜਵਾਬ ਦਵਾਂਗੇ।" ਐਵੇਂ ਕਹਿ ਕੇ ਤੇ ਉਹਨੂੰ ਟਾਲ ਦੇਂਦੇ। ਹੁਣ ਉਹਨੇ ਰੋਜ ਇਹ ਸਵਾਲ ਪੁੱਛਿਆ ਕਰਨਾ ਤੇ ਅਗੋਂ ਇਹੀ ਜਵਾਬ ਮਿਲਿਆ ਸਮਾਉਂ ਤੇ ਸਭ ਕੁਝ ਦੱਸਾਂਗੇ ਇੱਕ ਦਿਨ ਕੀ ਹੋਇਆ ਉਹ ਸੰਤ ਜੀ ਕਿਸੇ ਮਾਰਗ ਨੂੰ ਜਾ ਰਹੀ ਸੀ ਉਹਨਾਂ ਦੀ ਘਰ ਵਾਲੀ ਕਹਿੰਦੀ ਕਿ ਮੈਂ ਵੀ ਤੁਹਾਡੇ ਨਾਲ ਚੱਲਾਂ ਸੰਤ ਜੀ ਕਹਿੰਦੇ ਕਿ ਤੁਸੀਂ ਕਰੋ ਮੈਂ ਸ਼ਾਮ ਤੱਕ ਆ ਜਾਵਾਂਗਾ ਉਹ ਕਹਿੰਦੀ ਨਹੀਂ ਮੈਂ ਤੁਹਾਡੇ ਨਾਲ ਜਾਣਾ ਤਾਂ ਸੰਤ ਜੀ ਕਿਹਾ ਠੀਕ ਹੈ ਜੇਕਰ ਮੇਰੇ ਨਾਲ ਚੱਲਣਾ ਹੈ ਤਾਂ ਮੇਰੀ ਇੱਕ ਸ਼ਰਤ ਮੰਨਣੀ ਪੈਣੀ ਉਹ ਕਹਿੰਦੀ ਦੱਸੋ ਕੀ ਸ਼ਰਤ ਹੈ ਮੈਂ ਮੰਨਾਂਗੀ ਉਹ ਕਹਿੰਦੇ ਜਿੱਥਰ ਵੀ ਮੈਂ ਜਾਵਾਂ ਤੂੰ ਜਾ ਸਕਦੀਂ ਪਰ ਤੋਂ ਉੱਤਰ ਦਿਸ਼ਾ ਵੱਲ ਜਾਮੋਖ ਨਹੀਂ ਕਰਨਾ ਤੇ ਨਾ ਹੀ ਉਧਰ ਨੂੰ ਕਦਮ ਵਧਾਉਣੇ ਉਹਨੇ ਕਿਹਾ ਠੀਕ ਹੈ ਮੈਂ ਉਧਰ ਨੂੰ ਨਹੀਂ ਜਾਂਦੀ ਹੁਣ ਕਿਸੇ ਜਦੋਂ ਚੱਲਣ ਲੱਗੇ ਥੋੜੀ ਦੂਰ ਅੱਗੇ ਗਏ ਤਾਂ ਬਹੁਤ ਪਿਆਰੀ ਜਿਵੇਂ ਸਵੇਰ ਚੜ੍ਹਨ ਦੀ ਸੀ ਅੰਮ੍ਰਿਤ ਵੇਲਾ ਹੋਣ ਦਿਆ ਸੀ ਪੌ ਫੁੱਟਣ ਦੀ ਸੀ ਉਹ ਜਦੋਂ ਪੌ ਫੁੱਟਣ ਦੀ ਸੀ ਤੇ ਹਰ ਪਾਸੇ ਹਰਿਆਲੀ ਹੀ ਹਰਿਆਲੀ ਸੀ ਜਦੋਂ ਥੋੜੀ ਦੂਰ ਪਹੁੰਚੇ ਤੇ ਬੜੀ ਜ਼ਿਆਦਾ ਸੋਹਣੀ ਸੁਗੰਧ ਉਹਦੇ ਨੱਕ ਦੇ ਕੋਲ ਆਈ ਉਹਨਾਂ ਦੇਖਿਆ ਵੀ ਅੱਗੇ ਗੁਲਾਬਾਂ ਦਾ ਖੇਤ ਉਹ ਤਾਂ ਭੁੱਲੀ ਕਿ ਉੱਤਰ ਦਿਸ਼ਾ ਵੱਲ ਤਾਂ ਨਾ ਜਾਣੀ ਸੀ ਉਹ ਉਧਰ ਨੂੰ ਚਲੇ ਗਏ ਜਦੋਂ ਉੱਥੇ ਗਏ ਤੇ ਗੁਲਾਬਾਂ ਦਾ ਇੱਕ ਖੇਤ ਸੀ ਉਹਨਾਂ ਦੀ ਸੁਗੰਧ ਨੇ ਉਹਨਾਂ ਨੂੰ ਮੁਗਦ ਕਰ ਦਿੱਤਾ ਉਹਨਾਂ ਕਾਲੀ ਕਾਲੀ ਇੱਕ ਫਲ ਤੋੜਿਆ ਤੇ ਆਪਣੇ ਕੇਸਾਂ ਦੇ ਵਿੱਚ ਸਜਾ ਲਏ ਐਵੇਂ ਕਰਕੇ ਉਹ ਸੰਤ ਜੀ ਦੇ ਕੋਲ ਆ ਗਏ ਤਾਂ ਸੰਤ ਜੀ ਨੇ ਕਿਹਾ ਮੈਂ ਤੈਨੂੰ ਕਿਹਾ ਸੀ ਮੇਰੇ ਨਾਲ ਜਿਉਣਾ ਹੈ ਤਾਂ ਇਹ ਸ਼ਰਤ ਤੈਨੂੰ ਮੰਨਣੀ ਪੈਣੀ ਹੈ ਤੂੰ ਉਧਰ ਨੂੰ ਨਹੀਂ ਜਾਣਾ ਪਰ ਤੂੰ ਉਧਰ ਨੂੰ ਗਈ ਸੰਤ ਜੀ ਨੇ ਜਿਹਦਾ ਗੁਲਾਬ ਦਾ ਫੁੱਲ ਦੇਖਿਆ ਤੇ ਉਹਨਾਂ ਅੱਖਾਂ ਵਿੱਚੋਂ ਹੰਝੂ ਆਣ ਲੱਗੇ ਉਹਨਾਂ ਕਹੇ ਤੂੰ ਜਾਣਦੀ ਹੈ ਜਿਸ ਨੇ ਵੀ ਇਸ ਦੀ ਫਸਲ ਬੀਜੀ ਉਹਨੇ ਕਿੰਨਾ ਕਸ਼ਟ ਸਹਿਇਆ ਤੇ ਤੂੰ ਇੱਕ ਫੁੱਲ ਤੋੜਨ ਲੱਗਿਆ ਝੱਟ ਵੀ ਨਹੀਂ ਲਾਇਆ ਇਹ ਚੋਰੀ ਹੈ ਉਹ ਕਹਿੰਦੀ ਕਿ ਮੈਂ ਤਾਂ ਫੁੱਲ ਹੀ ਤੋੜਿਆ ਉਹ ਕਹਿੰਦੀ ਨਹੀਂ ਇਸ ਦੇ ਬਦਲੇ ਤੈਨੂੰ ਸਜ਼ਾ ਮਿਲੇਗੀ ਤੂੰ ਪੂਰਾ ਇੱਕ ਸਾਲ ਜਿਸ ਦਾ ਵੀ ਫੁੱਲ ਤੋੜ ਕੇ ਲੈ ਕੇ ਆਈ ਹੈ ਉਹਦੇ ਕਰ ਤੂੰ ਸੇਵਾ ਕਰ ਉਸ ਤੋਂ ਬਾਅਦ ਦੋ ਸਾਲ ਹੋ ਜਾਏਗਾ ਮੈਂ ਤੈਨੂੰ ਆਪੇ ਲੈ ਜਾਂਗਾ ਕਰ ਜੇ ਕਰ ਤੂੰ ਉਹਦੇ ਵਿੱਚ ਉਹਨੂੰ ਕੋਈ ਕਸ਼ਟ ਦਿੱਤਾ ਤੇ ਇਹ ਫਿਰ ਤੋਂ ਸਾਲ ਮੁੜ ਕੇ ਤੈਨੂੰ ਕਰਨਾ ਪੈਣਾ ਉਹਨੇ ਆਪਣੇ ਪਤੀ ਦੀ ਜੋ ਆਗਿਆ ਸੀ ਸੇਰ ਮੱਥੇ ਪਰਵਾਣ ਕਰਕੇ ਤੇ ਉਧਰੋਂ ਚੱਲੇ ਗਏ ਜਦੋਂ ਉਹ ਬਾਗ ਤੋਂ ਅੱਗੇ ਜਾਂਦੀ ਨੇ ਦੇਖਦੇ ਨੇ ਇੱਕ ਛੰਨ ਜੀ ਪਈ ਹੁੰਦੀ ਹੈ ਤਾਂ ਜੋ ਬੀਬੀ ਹੈ ਉੱਥੇ ਆਪਣਾ ਵੇਸ ਜਾ ਬਦਲ ਕੇ ਗਰੀਬੜੀ ਜੀ ਬਣ ਕੇ ਤੇ ਉੱਥੇ ਖੜੀ ਹੋ ਜਾਂਦੀ ਹੈ ਉਹ ਜਦੋਂ ਆਉਂਦਾ ਤਾਂ ਉਹ ਮਨੋਂ ਕਹਿੰਦਾ ਹੈ ਬੀਬੀ ਵੀ ਤੁਸੀਂ ਕੌਣ ਤਾਂ ਕਹਿੰਦੀ ਕਿ ਮੇਰਾ ਇੱਥੇ ਕੋਈ ਵਾਲੀ ਵਾਰਸ ਨਹੀਂ ਹੈਗਾ ਤੇ ਮੈਂ ਇੱਥੇ ਭਟਕਦੀ ਇਧਰ ਨੂੰ ਆ ਗਈ ਉਮਰੋ ਕਹਿੰਦਾ ਬੀਤੀ ਬੜਾ ਸੰਘਣਾ ਜੰਗਲ ਹੈ ਤੇ ਤੁਹਾਡੀ ਜਾਨ ਨੂੰ ਕਿਸੇ ਤਰ੍ਹਾਂ ਦਾ ਖਤਰਾ ਹੋ ਸਕਦਾ ਹੈ ਤੁਸੀਂ ਆਓ ਤੇ ਇੱਥੇ ਵੀ ਜੋ ਹੈ ਨਿਵਾਸ ਕਰੋ ਉਹਨੇ ਬੀਬੀ ਕਹਿੰਦੀ ਕਿ ਤੁਸੀਂ ਮਿੰਨਾ ਆਪਣੇ ਘਰ ਦਾ ਕੋਈ ਕੰਮ ਕਰ ਦੇ ਦਿਓ ਮੈਂ ਉਹ ਕਰਾਂਗੀ ਤੇ ਤੁਸੀਂ ਮੈਨੂੰ ਰੋਟੀ ਟੁਕ ਦੇ ਦਿਆ ਕਰਿਹਾ ਜੋ ਉਮਰੋ ਕਹਿੰਦਾ ਕਿ ਮੇਰੀ ਇੱਕ ਧੀ ਹੈ ਤੇ ਦੋ ਪੁੱਤ ਨੇ ਤੇ ਜੇ ਮੇਰੀ ਇੱਕ ਹੋਰ ਧੀ ਹੁੰਦੀ ਉਹਨੂੰ ਵੀ ਦਿਖਾਉਣਾ ਪਿਆਣਾ ਸੀ ਇਸ ਕਰਕੇ ਤੁਸੀਂ ਮੇਰੀ ਧੀ ਬਣ ਕੇ ਤੇ ਇੱਥੇ ਰਭੋ ਉਹ ਉਹਨੂੰ ਅੰਦਰ ਲੈ ਕੇ ਜਾਂਦਾ ਹੈ ਹੁਣ ਕਿਸੇ ਅਗਲੀ ਸਵੇਰ ਹੋਈ ਤਾਂ ਉਹ ਸਾਰੇ ਜਣੇ ਕੰਮਕਾਰ ਕਰਨ ਲਈ ਚਲੇ ਜਾਂਦੇ ਨੇ ਕੱਪੜੇ ਪਾਟੇ ਪੁਰਾਣੇ ਤੇ ਗਰੀਬੜੀ ਚ ਆਪਣਾ ਜੀਵਨ ਨਿਵਾਸ ਕਰਦੇ ਹੁੰਦੇ ਨੇ ਉਹ ਵੀ ਉਹਨਾਂ ਦੇ ਨਾਲ ਉਹ ਬੀਬੀ ਚੱਲਦੀ ਹਮਣੋ ਕਹਿੰਦਾ ਕਿ ਤੀ ਇਹ ਤੂੰ ਕਰ ਰਿਹਾ ਤੂੰ ਸਾਡੀ ਮਹਿਮਾਨ ਹੈ ਤੂੰ ਕੰਮ ਨਾ ਕਰ ਤੈਨੂੰ ਉਂਝ ਵੀ ਪ੍ਰਸ਼ਾਦਾ ਮਿਲੇ ਉਹ ਕਹਿੰਦੇ ਨਹੀਂ ਜੀ ਮੈਂ ਤੁਹਾਡੇ ਨਾਲ ਜਾਂ ਹੁਣ ਜਾਂਦੇ ਨੇ ਤਾਂ ਉਹਵੇਂ ਗੁਲਾਬ ਦੀ ਖੇਤੀ ਕਰਦੇ ਨੇ ਉਵੇਂ ਹੀ ਉਹਨਾਂ ਗੁਲਾਬ ਵਿੱਚੋਂ ਚੁਣੇ ਕੁਛ ਥੱਲੇ ਉਹਨਾਂ ਬਾੜੀ ਕੀਤੀ ਭਾਵ ਥੱਲੇ ਗੋਡੀ ਕੀਤੀ ਤੇ ਐਵੇਂ ਕਰਨ ਲੱਗੇ ਹੁਣ ਕੀ ਸੀ ਉਹ ਕਰਕੇ ਸ਼ਾਮ ਨੂੰ ਹਾਰ ਥੱਕ ਕੇ ਟੁੱਟ ਕੇ ਘਰ ਆ ਗਏ ਅਗਲੀ ਸਵੇਰ ਜਦੋਂ ਫੁੱਲ ਤੋੜਨ ਜਾਂਦੇ ਨੇ ਤੇ ਬੁੱਲ ਜੋ ਪਹਿਲਾਂ ਨਾਲੋਂ 20 ਗੁਣਾ ਫੁੱਲ ਉਹ ਤੋੜ ਕੇ ਲੈ ਕੇ ਆਉਂਦੇ ਉਹ ਬੜਾ ਜ਼ਿਆਦਾ ਖੁਸ਼ ਹੋ ਜਾਂਦਾ ਉਹ ਕਹਿੰਦਾ ਤੀ ਇਹ ਤੇਰੇ ਕਦਮ ਸਾਡੇ ਘਰ ਬੜੇ ਜਾਦੇ ਚੰਗੇ ਆਏ ਨੇ ਜਿੱਥੇ ਗੁਲਾਮ ਵੇਚਣ ਜਾਂਦਾ ਉੱਥੇ ਵੀ ਚੰਗਾ ਧਾਮ ਮਿਲਦਾ ਹੁਣ ਚੰਗਾ ਧਾਮ ਐਵੇਂ ਕਰਦਿਆ ਕਰਦਿਆ ਮਹੀਨੇ ਚ ਨੂੰ ਬੜਾ ਸੋਹਣਾ ਜੋਸੀ ਧਾਮ ਮਿਲਿਆ ਉਹਨੇ ਬਚਤ ਵੀ ਕਰ ਲਈ ਹੁਣ ਕੀ ਸੀ ਜਦੋਂ ਅੱਜ ਇੱਕ ਮਹੀਨਾ ਹੋ ਗਿਆ ਤਾਂ ਇੱਕ ਗਾਂ ਖਰੀਦ ਕੇ ਲੈ ਕੇ ਆਉਂਦਾ ਗਾਹ ਖਰੀਦ ਕੇ ਲੈ ਕੇ ਆਉਂਦਾ ਹੈ ਤਾਂ ਉਹਦੇ ਨਾਲ ਉਹਨਾਂ ਦੇ ਘਰ ਦੁੱਧ ਵੀ ਆਉਂਦਾ ਤੇ ਨਾਲੇ ਉਹ ਜੀ ਆਪਣੇ ਪਰਿਵਾਰ ਦਾ ਵੀ ਪਾਲਣ ਪੋਸ਼ਣ ਕਰਦਾ ਤੇ ਹੁਣ ਦੁੱਧ ਵੀ ਨਾਲ ਦੇ ਘਰਾਂ ਵਿੱਚ ਵੀ ਪਾ ਕੇ ਆਉਂਦਾ ਪਾ ਵੱਗੇ ਥੋੜੀ ਦੂਰ ਜਾਂਦਾ ਤੇ ਉੱਥੇ ਵੀ ਦੁੱਧ ਵੀ ਪਾ ਕੇ ਆਉਂਦਾ ਹੁਣ ਕੀ ਸੀ ਵੀ ਐਵੇਂ ਕਰਕੇ ਹੌਲੀ ਹੌਲੀ ਉਹਦੇ ਦਿਨ ਬਦਲਣ ਲੱਗੇ ਉਹ ਅੱਜ ਜਦੋਂ ਸ਼ਹਿਰ ਜਾਂਦਾ ਹੈ ਬਾਜ਼ਾਰ ਜਾਂਦਾ ਹੈ ਤੇ ਤੂੰ ਕੱਪੜੇ ਲੈ ਕੇ ਆਉਂਦਾ ਤੇ ਸਾਰੇ ਬੱਚਿਆਂ ਨੂੰ ਕੱਪੜੇ ਦਿੰਦਾ ਉਹ ਕਹਿੰਦਾ ਹੈ ਬੀਬੀ ਧੀਏ ਤੂੰ ਜਿਸ ਦਿਨ ਸਾਡੇ ਘਰ ਆਈਏ ਸਾਡਾ ਘਰ ਦੇ ਵਿੱਚ ਹਰ ਚੀਜ਼ ਜੋ ਹੈ ਉਹ ਚੰਗੀ ਹੋਗੀ ਉਨਾ ਕਾਰ-ਬਾਰ ਵੀ ਸੋਨਾ ਬਣਾ ਲਿਆ ਐਵੇਂ ਕਰਦੇ ਕਰਦੇ ਹਰ ਘਰ ਜੋ ਚੀਜ਼ ਸੀ ਉਹ ਸੰਪੰਨਤਾ ਨਾਲ ਭਰ ਗਈ ਹੁਣ ਕੀ ਸੀ ਜੋ ਸਮਾਂ ਸੀ ਉਹ ਨਜ਼ਦੀਕ ਆਉਣ ਵਾਲਾ ਸੀ ਭਾਵਿਕ ਸਾਲ ਹੋਣ ਵਾਲਾ ਸੀ ਤੇ ਉਹਨੇ ਉਹਨਾਂ ਜੋ ਸੰਤ ਜੀ ਦੀ ਕਾਰਵਾਈ ਸੀ ਉਹਨਾਂ ਜੋ ਉੱਥੇ ਰਹਿਣਾ ਬਸੇਰਾ ਕੀਤਾ ਉਹ ਬੜੇ ਚੰਗੇ ਢੰਗ ਨਾਲ ਕੀਤਾ ਜਿਸ ਕਾਰਨ ਉਹ ਮਨੁੱਖ ਨੂੰ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਨਹੀਂ ਸੀ ਹੁਣ ਇੱਕ ਦਿਨ ਜਦੋਂ ਸਾਲ ਹੋਣ ਵਾਲਾ ਸੀ ਤਾਂ ਉਹ ਬੀਬੀ ਉਹਨਾਂ ਕਿਨ ਮਨੁੱਖ ਨੂੰ ਕਹਿੰਦੀ ਜੀ ਮੈਂ ਨਾ ਘਰ ਚੱਲੀ ਆ ਮੇਰੇ ਘਰ ਜਾਣ ਦਾ ਸਮਾਂ ਆ ਗਿਆ ਉਹ ਜਦੋਂ ਘਰ ਜਾਂਦੀ ਨੇ ਤਾਂ ਜਦੋਂ ਘਰ ਜਾ ਕੇ ਦੇਖਦੇ ਨੇ ਵੀ ਜਦੋਂ ਸ਼ਾਮ ਨੂੰ ਸਾਰੇ ਆਉਂਦੇ ਨੇ ਵੀ ਉਹ ਬੀਬੀ ਬੜੇ ਜਿਆਦੇ ਸੋਨੇ ਨਾਲ ਲੱਦੀ ਪਈ ਹੈ ਉਹ ਕਹਿੰਦਾ ਵੀ ਦੇਖਣ ਚ ਤਾਂ ਇਹ ਮੇਰੀ ਉਹ ਹੀ ਧੀ ਲੱਗਦੀ ਹੈ ਪਰ ਅੱਜ ਸੋਨੇ ਨਾਲ ਲਤਪਤ ਕਿਵੇਂ ਜਦੋਂ ਕੋਲ ਜਾਂਦੀ ਨੇ ਤਾਂ ਉਹ ਦੇਖਦਾ ਵੀ ਧੀ ਤਾਂ ਉਹ ਦੀ ਹੈ ਤੈਨੂੰ ਪੁੱਛਦੇ ਨੇ ਉਹਨਾਂ ਤੇ ਉਹ ਸਾਧੂ ਸੰਤ ਵੀ ਉੱਥੇ ਆਏ ਹੁੰਦੇ ਨੇ ਤਾਂ ਉਹ ਕਹਿੰਦੀ ਕਿ ਮੈਨੂੰ ਇਹ ਤੁਹਾਡੇ ਜੋ ਖੇਤ ਆ ਉਹ ਚੋਂ ਇੱਕ ਫਲ ਤੋੜਨ ਦੀ ਸਜ਼ਾ ਮਿਲੀ ਸੀ ਜਿਸ ਕਾਰਨ ਮੈਂ ਤੁਹਾਡੇ ਘਰ ਇੱਕ ਸਾਲ ਸੀ ਉਹ ਮਾਇਆ ਦੀ ਦੀ ਵੀ ਸੀ ਉਹ ਕਹਿੰਦੇ ਵੀ ਇਸ ਕਰਕੇ ਮੈਨੂੰ ਸਜ਼ਾ ਮਿਲੀ ਸੀ ਤੇ ਤਾਂ ਮੈਂ ਤੁਹਾਡੇ ਘਰ ਸੇਵਾ ਕੀਤੀ। ਓਮਨੁਕ ਕਹਿੰਦਾ ਜੀ ਮੈਨੂੰ ਮaaf ਕਰ ਦਿਓ ਜੇ ਪਹਿਲਾਂ ਪਤਾ ਹੁੰਦਾ ਤਾਂ ਮੈਂ ਐਵੇਂ ਕਦੀ ਨਾ ਕਰ ਲਾ। ਤਾਂ ਅੱਗੋਂ ਦੇਵੀ ਮਾਇਆ ਨੇ ਕਿਹਾ ਕਿ ਨਹੀਂ। ਤੁਸ ਤਾਂ ਮੈਨੂੰ ਆਪਣੀ ਧੀਆ ਵਾਂਗੂ ਰੱਖਿਆ। ਮੈਨੂੰ ਬਹੁਤ ਪਿਆਰ, ਲਾਡ ਸਭ ਕੁਝ ਮਿਲਿਆ ਤੁਹਾਡੇ ਕਰੋ ਇੱਜ਼ਤ ਮਾਨ। ਤਾਂ ਓਮਨੁਕੇ ਕਰਦਾ ਵੀ ਉਹਦੇ ਘਰ ਜਿੰਨੇ ਫੁੱਲ ਟੁੱਟੇ ਹੁੰਦੇ ਨੇ ਸਾਰੇ ਲਿਆ ਕੇ ਉਹਨਾਂ ਦੇ ਪੈਰਾਂ 'ਚ ਰੱਖ ਦਿੰਦਾ। ਕਹਿੰਦਾ ਕਿ ਜੀ ਤੁਹਾਨੂੰ ਇੱਕ ਫੁੱਲ ਤੋੜਨ ਦੀ ਸਜ਼ਾ ਮਿਲੀ ਸੀ ਤੇ ਅੱਜ ਸਾਡੀ ਜਿੰਨੀ ਵੀ ਖੇਤੀ ਹੈ ਮੈਂ ਤੁਹਾਨੂੰ ਸਮਰਪਿਤ ਕਰਦਾ। ਉਹ ਕਹਿੰਦੀ ਨਹੀਂ। ਇਹ ਤੇਰੀ ਇਹ ਕਹਿ ਕੇ ਤੇ ਉਹਨੂੰ ਕਿਹਾ ਵੀ ਤੂੰ ਕੁਝ ਵੀ ਮੰਗ ਤਾ ਉਹਨੇ ਕਿਹਾ ਵੀ ਤੁਸੀਂ ਐਸਾ ਵਰ ਦਵੋ ਕਿ ਕਦੀ ਵੀ ਸਾਡੇ ਘਰ ਜੋ ਹੈ ਇੱਕ ਜੋ ਖਜ਼ਾਨੇ ਨੇ ਜਾਂ ਕਹ ਲੋ ਅਨਤ ਆਨੇ ਉਹ ਖਾਲੀ ਨਾ ਹੋਵੇ ਉਹਨੂੰ ਆਸ਼ੀਰਵਾਦ ਦੇ ਕੇ ਤੇ ਉੱਥੋਂ ਚਲੇ ਗਿਆ ਉਹਨ ਜਦੋਂ ਸੰਤ ਤੇ ਉਹਨਾਂ ਦੀ ਕਰਵਾਲੀ ਮਾਇਆ ਉਹ ਜਾਣਦੀ ਸੀ ਤਾਂ ਮਾਇਆ ਨੇ ਮਾਇਆ ਨੂੰ ਕਿਹਾ ਸੰਤ ਨੇ ਪੀਤ ਨੂੰ ਤੇਰੇ ਸਵਾਲਾਂ ਦੇ ਜਵਾਬ ਤਾਂ ਮਿਲ ਕੇ ਹੋਣਗੇ ਉਹ ਕਹਿੰਦੇ ਕਿਹੜੇ ਸਵਾਲ ਉਹ ਕਹਿੰਦੇ ਜਿਹੜਾ ਤੂੰ ਰੋਜ਼ ਦਿਨ ਪੁੱਛਦੀ ਸੀ ਉਹ ਕਹਿੰਦੇ ਨਹੀਂ ਮੈਨੂੰ ਤਾਂ ਸਮਝ ਆਇਆ ਉਹ ਕਹਿੰਦੇ ਪੀ ਤੂੰ ਵਸਦੀ ਸੀ ਨਾ ਪੀ ਮਨੁੱਖ ਸੁਖੀ ਤੇ ਧਨવાન ਕਿਵੇਂ ਹੋਏਗਾ ਕਰਜ ਸਿਰ ਚੜਿਆ ਹੋਵੇ ਕਰਜ ਮੁਕਤ ਕਿਵੇਂ ਹੋਏਗਾ ਕਰ ਮਾਇਆ ਦਾ ਵਾਸਾ ਕਿਵੇਂ ਹੋਏਗਾ ਤਾਂ ਉਹਦਾ ਸਵਾਲ ਦਾ ਜਵਾਬ ਸੁਣ ਜੋ ਲੋਕ ਦਿਆਲੂ ਤੇ ਸਾਫ਼ ਦਿਲ ਦੇ ਹੁੰਦੇ ਨੇ ਕਿੰਦੇ ਮਾਇਆ ਉੱਥੇ ਨਿਵਾਸ ਕਰਦੀ ਉੱਥੇ ਨਿਵਾਸ ਕੀਤਾ ਸਭ ਦੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਜੇ ਕੋਈ ਗਰੀਬ ਹੈ ਤਾ ਉਹਨੂੰ ਮਾੜਾ ਨਾ ਬੋਲੋ ਉਹਦੀ ਮਦਦ ਕਰੋ ਤੇ ਇਹੀ ਤੂੰ ਕਰਕੇ ਆਈਂ ਕਦੇ ਵੀ ਕੋਈ ਚੀਜ਼ ਚੋਰੀ ਨਾ ਕਰੋ ਭਾਵੇਂ ਆਨੇ ਦੀ ਵੀ ਹੋਏ ਚੋਰੀ ਤੇ ਝੂਠ ਜਿੱਥੇ ਹੁੰਦਾ ਉਹਨੂੰ ਕਦੇ ਪੈਸਾ ਨਹੀਂ ਉੱਥੇ ਵੱਧਦਾ ਤੇ ਨਾ ਹੀ ਉੱਥੇ ਸੁਖਦਾਬਾਸ ਹੁੰਦਾ ਇਹਦੇ ਨਾਲ ਸਿਰ ਤੇ ਸਿਰ ਪਾਪ ਤੇ ਸਜ਼ਾਈ ਮਿਲਦੀ ਜੋ ਤੂੰ ਭੁਗਤ ਕੇ ਆਈਂ ਤੇ ਐਵੇਂ ਦੇ ਮਨੁੱਖ ਹਮੇਸ਼ਾ ਕਰਜ਼ ਵਿੱਚ ਡੁੱਬੇ ਰਹਿੰਦੇ ਨੇ ਭਾਵ ਤੇਰੇ ਸਿਰੋਂ ਦਾ ਕਰਜ਼ਾ ਸੀ ਤੂੰ ਚੁਕਾ ਕੇ ਆਈਂ ਜੋ ਗਰੀਬਾਂ ਦੀ ਮਦਦ ਕਰਦਾ ਉਹ ਹੀ ਹਮੇਸ਼ਾ ਸੁਖੀ ਤਨਮਾਨ ਤੇ ਕਰਜ਼ ਤੋਂ ਮੁਕਤ ਰਹਿੰਦਾ ਆਪਣੇ ਹੱਥੀ ਇੱਕ ਫੁੱਲ ਦਾ ਬੂਟਾ ਹਰ ਇੱਕ ਨੂੰ ਲਾਉਣਾ ਚਾਹੀਦਾ ਤੇ ਰੋਜ਼ ਪਾਣੀ ਉਹਨੂੰ ਆਪਣੇ ਹੱਥੀ ਦੇਵੋ ਉਹ ਨਾਲ ਚੰਗੀਆਂ ਗੱਲਾਂ ਕਰੋ ਉਹ ਜਦੋਂ ਫੁੱਲ ਉਹਨੇ ਜਿਹੜਾ ਫੁੱਲ ਲੈਣਾ ਉਹ ਕਿਸੇ ਵੀ ਧਾਰਮਿਕ ਥਾਂ ਤੇ ਅਰਪਿਤ ਕਰੋ ਪਰ ਤੋੜ ਕੇ ਨਹੀਂ ਜੋ ਥੱਲੇ ਡਿੱਗੇ ਫੁੱਲ ਜਿਹੜੇ ਹੁੰਦੇ ਨੇ ਆਪ ਸਾਰੇ ਪਾਸੇ ਨਾਲ ਸੁਗੰਧਲੀ ਹੁੰਦੇ ਨੇ ਜਦੋਂ ਫੁੱਲ ਥੱਲੇ ਕੋਈ ਦੇਖਦਾ ਹੈ ਤਾਂ ਉਹ ਆਪਾਂ ਜਿਹੜੇ ਆਸ-ਪਾਸੇ ਥਾਂ ਹਨ ਉਹਨੂੰ ਵੀ ਸਾਫ਼ ਰੱਖੋ ਉਹ ਜਾ ਕੇ ਅਰਪਿਤ ਕਰੋ ਨਾ ਕਿ ਤੋੜ-ਤੋੜ ਕੇ ਹੁਣ ਕੀ ਹੈ ਆਪਣੇ ਵੀ ਸਵਾਲ ਹੁੰਦੇ ਨੇ ਇਹ ਸਾਡੇ ਸਿਰ ਕਰਜ਼ਾ ਚੜਿਆ ਅਸੀਂ ਇਹਨੂੰ ਕਿਵੇਂ ਲਈਏ ਸਭ ਤੋਂ ਪਹਿਲੀ ਗੱਲ ਆਪਣੇ ਘਰ ਜੋ ਵੀ ਤੁਹਾਡੀ ਆਮਦਨ ਹੈ ਉਹਦੇ ਵਿੱਚੋਂ ਕੁਝ ਹਿੱਸਾ ਗਰੀਬਾਂ ਦੇ ਲੋੜਵੰਦਾਂ ਦੀ ਮਦਦ ਲਈ ਜ਼ਰੂਰ ਕੱਢੋ ਤੁਸੀਂ ਦੇਖੋਗੇ ਕਿ ਤੁਸੀਂ ਐਵੇਂ ਵਾਇਗਰੋਗੇ ਜਰੂਰ ਅਰਦਾਸ ਕਰਿਆ ਕਰੋ ਪਾਸ਼ਾ ਸਾਡੇ ਦਸਵੰਦ ਵਿੱਚ ਬਰਕਤ ਪਾਓ ਜਦੋਂ ਆਪਾਂ ਦਸਵੰਦ ਕੱਢਾਂਗੇ ਭਾਵ ਚੋਖਾ ਦਸਵੰਦ ਕੱਢਾਂਗੇ ਤੇ ਆਮਦਨ ਵੀ ਤਾਂ ਵਧੇਗੀ ਐਵੇਂ ਕਰਾਂਗੇ ਤਾਂ ਆਪੇ ਫਿਰ ਜੋ ਹੈ ਤੁਹਾਡੇ ਘਰ ਬਰਕਤ ਦਾ ਵਾਸਾ ਹੋਵੇਗਾ ਮਨੁੱਖ ਸੁਖੀ ਉਹ ਹੀ ਹੈ ਤਨਮਾਨ ਉਹ ਹੀ ਹੈ ਜਿਸ ਦੀ ਔਲਾਦ ਕਹਿਣੇ ਵਿੱਚ ਤੇ ਔਲਾਦ ਉਹਦੀ ਕਹਿਣੀ ਵਿੱਚ ਹੁੰਦੀ ਹੈ ਜੋ ਚੰਗੇ ਕੰਮ ਕਰਦਾ ਆਪਣੇ ਬੱਚੇ ਆਪਣੇ ਪਾਏ ਪੁਰਨੇ ਉਤੇ ਚੱਲਦੇ ਨੇ ਜਦੋਂ ਆਪਾਂ ਚੰਗਾ ਕੰਮ ਕਰਾਂਗੇ ਤਾਂ ਉਹ ਵੇਖ ਕੇ ਉਵੇਂ ਹੀ ਕੰਮ ਕਰਨਗੇ ਤੇ ਉੱਥੇ ਫਿਰ ਮਾਇਆ ਦਾ ਵਾਸਾ ਵੀ ਹੁੰਦਾ ਹੈ ਜੋ ਦੂਜਿਆਂ ਦੇ